ਤੂੰ ਘੋਟਾਵੇਂ ਮਸਜਿਦ ਮੇਰੀ ਤੂੰ ਘੋਟਾਵੇਂ ਮੈਂ ਕਿਉਂ ਤੋੜਾ ਮੰਦਰ ਨੂੰ ਆ ਜਾ ਦੋਵੇਂ ਬੈ ਕੇ ਫੜੀਏ ਇੱਕ ਦੂਜੇ ਦੇ ਅੰਦਰ ਸੰਧੀਆਂ ਮੰਗੂ ਅੱਜ ਵੀ ਕੁਝ ਨਹੀਂ ਜਾਣਾਂ ਮਸਜਦ ਮੰਦਰ ਦਾ ਲਉ ਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਲਉ ਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਰੱਬ ਕਰੇ ਤੂੰ ਮੰਦਰ ਵਾਂਗੂ ਵੇਖੇ ਮੇਰੀ ਮਸਜਿਦ ਨੂੰ ਰਾਮ ਕਰੇ ਮੈਂ ਮਸਜਿਦ ਮੰਗੂ ਵੇਖਾਂ ਤੇਰੇ ਮੰਦਰ ਤੇ ਤੂੰ ਬਿਸਮਿਲ੍ਲਾ ਪੜ ਕੇ ਮੈਨੂੰ ਨਾਨਕ ਦਾ ਪ੍ਰਸ਼ਾਦ ਫੜਾ ਮੈਂ ਨਾਨਕ ਦੀ ਬਾਣੀ ਪੜ ਕੇ ਦਿਆਂ ਹੁਸੈਨੀ ਲੰਗਰ ਨੂੰ ਮੈਂ ਨਾਨਕ ਦੀ ਬਾਣੀ ਪੜ ਕੇ ਦਿਆਂ ਹੁਸੈਨੀ ਲੰਗਰ ਨੂੰ ਤੇ ਸਾਡੇ ਸਿੰਘਾ ਫਸਦੇ ਰਹਿਣਾ ਖੁਰਲੀ ਟੈਂਦੀ ਰਹਿਣੀ ਹੈ ਜਿੰਨਾ ਤਿੱਕਰ ਨਥ ਨਾ ਪਾਈ ਨਫਰਤ ਵਾਲੇ ਡੰਗਰ ਨੂੰ ਅਸਾਨੀ ਹੋਣਾ ਬਾਬਾ ਤੇਰਾ ਮੁੜਕੇ ਮੇਲਾ ਵਿਕਣ ਲਈ ਚੱਕਣਾ ਦੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ ਚੱਕਣਾ ਦੇਖ ਕੇ ਦਿੰਦੇ ਨੇ ਵਰਤਾਵੇ ਤੇਰੇ ਲੰਗਰ ਨੂੰ ਥੈਂਕ ਯੂ ਜੀ ਜਬਰਦਸਤ ਵਾ ਵਾ ਫਤਾਲਾ ਜਿੰਦ ਰੋ ਰੋਏ ਮੋਏ ਮੋਏ ਪੋਏ ਪੋਏ ਅੱਲਾਹੁ ਅਕਬਰ ਅੱਲਾਹੁ ਅਕਬਰ ਵਾ 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 ਥੈਂਕ ਯੂ ਜੀ ਬਾਬਾ ਜੀ ਇੱਕ ਗੁਜ਼ਾਰਿਸ਼ ਹੈ ਵੇ ਕਿ ਅਸੀਂ ਚونکہ ਸਾਰੇ ਪੰਜਾਬੀ ਆ ਜਿਹੜੇ ਲੋਕ ਬੈਠੇ ਨੇ ਪੰਜਾਬ ਚ ਰਹਿਣ ਵਾਲੇ ਲੋਕ ਵੀ ਆਪਣੇ ਘਰਾਂ ਚ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਦੇ ਆ ਚੱਕਦੇ ਨੇ ਜਾ ਹੈ ਨਾ ਸ਼ਰਮਾਉਂਦੇ ਨੇ ਉਹਨਾਂ ਨਾਲ ਪੰਜਾਬੀ ਬੋਲਣਾ ਹੱਦ ਤੱਕ ਸਮਝਦੇ ਨੇ ਕਿ ਉਹਨੂੰ ਡਾਂਟ ਵੀ ਪੈਂਦੀ ਹੈ ਬੱਚੇ ਨੂੰ ਮੈਂ ਆਪ ਦੇਖਿਆ ਹੈ ਹਾਂ ਕਿ ਉਹਨੂੰ ਡਾਂਟਦੇ ਨੇ ਕਿ ਪੰਜਾਬੀ ਨਹੀਂ ਬੋਲਣੀ ਤੂੰ ਲੱਖਾਂ ਰੁਪਏ ਫੀਸ ਦੇਈ ਦੀ ਇਹ ਬੱਚਿਆਂ ਦੀ ਸਕੂਲਾਂ 'ਚ ਐ ਏਡੇ ਥੱਦੇ ਜਾਂਦੇ ਨੇ ਪਰ ਉੱਥੇ ਅਸੀਂ ਉਹਨੂੰ ਚਾਹੁੰਦੇ ਹਾਂ ਕਿ ਬਾਹਰ ਨਿਕਲੇ ਤੇ ਅੰਗਰੇਜ਼ੀ ਬੋਲਦਾ ਨਿਕਲੇ ਹੈ ਨਾ ਲੇਕਿਨ ਦੇਖਿਆ ਜੇ ਤਾਂ ਫੈਸ अहमद ਫੈਸਾਪ ਪੰਜਾਬੀ ਸੁਣ ਉਹਨਾਂ ਨੇ ਬਹੁਤ ਘੱਟ ਲਿਖਿਆ ਪੰਜਾਬੀ 'ਚ ਅਲਾਮਾ ਇਕਬਾਲ ਸਾਹਿਬ ਤਿੰਨ ਚਾਰ ਨਜ਼ਮਾਂ ਨੇ ਤਿੰਨ ਚਾਰ ਨਜ਼ਮਾਂ ਨੇ ਉਹਨਾਂ ਦੀਆਂ ਅਲਾਮਾ ਇਕਬਾਲ ਸਾਹਿਬ ਸਿਆਲਕੋਟ ਤੋਂ ਸੀਗੇ ਜਿੱਥੋਂ ਭੰਗੜਾ ਇਖਤਰਾ ਪਾਇਆ ਬਾਵਜੂਦ ਉਹਨਾਂ ਨੇ ਪੰਜਾਬੀ ਚ ਨਹੀਂ ਲਿਖਿਆ ਮੇਰੀ ਮੇਰੀ ਕਮ ਅਕਲੀ ਹੋ ਸਕਦੀ ਹੈ ਜਾਂ ਮੇਰੀ ਕਮ ਇਲਮੀ ਹੋ ਸਕਦੀ ਹੈ ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਲਿਖਿਆ ਹੈ ਕਿ ਨਹੀਂ ਲੇਕਿਨ ਮੇਰੇ ਇਲਮ ਚ ਨਹੀਂ ਹੈ ਕਿ ਨਹੀਂ ਅਗਰ ਇੱਕ ਅੱਧੀ ਨਜ਼ਮ ਲਿਖ ਦਿੱਤੀ ਤੂੰ ਲਿਖਣਾ ਤੇ ਨਹੀਂ ਨਾ ਹੋਇਆ ਉਹਨਾਂ ਨੇ ਵੀ ਫਾਰਸੀ ਚ ਲਿਖਿਆ ਉਹਨਾਂ ਨੇ ਵੀ ਉਰਦੂ ਚ ਲਿਖਿਆ ਤੇ ਕਿਉਂ ਅਸੀਂ ਐਡਾ ਇਹਨੂੰ ਹਕੀਰ ਕਿਉਂ ਸਮਝਨੇ ਛੋਟੀ ਜ਼ੁਬਾਨ ਹੈ ਇਹ ਫਿਰ ਸਿਰਫ ਬਾਬਾ ਨਜਮੀ ਦੀਆਂ ਦਲੇਰ ਮਹਿਦੀ ਸਾਹਿਬ ਦੀ ਜ਼ਿੰਮੇਦਾਰੀ ਹੈ ਕਿ ਉਹਨਾਂ ਨੇ ਫਰੋਕ ਕਰਨ ਦੇਣਾ ਪੰਜਾਬੀ ਨੂੰ ਨਾ ਮੇਰੀ ਜ਼ਿੰਮੇਦਾਰੀ ਨਾ ਦਲੇਰ ਮਹਿਦੀ ਦੀ ਇਹ ਪੂਰੀ ਕੰਮ ਦੀ ਜ਼ਿੰਮੇਦਾਰੀ ਹੈ ਅਰੋਧ ਵਿੱਚ ਲੈਂਦੇ ਚੱਦ ਦੂਣਾ ਪੰਜਾਬੀ ਦੀ ਜ਼ਰੂਰਤ ਹੈ ਕਿਸੇ ਜ਼ਮਾਨੇ ਦੇ ਵਿੱਚ ਇੱਕ ਖੁਰਸ਼ੀ ਸਾ ਪੀਪਲਜ਼ ਪਾਰਟੀ ਦੇ ਵਜ਼ੀਰ-ਏ-ਤਾਲੀਮ ਸਨ ਉਹਨਾਂ ਨੇ ਇੱਕ ਫੈਸਲਾਬਾਦ ਦੇ ਵਿੱਚ ਸੰਗੇ ਬੁਨਿਆਦ ਰੱਖਦੇ ਹੋਏ ਆ ਕਿ ਜਿਸ ਸਾਫੀ ਨੇ ਸਵਾਲ ਕੀਤਾ ਕਿ ਜਨਾਬ ਆਪ وفاقی وزیر ہیں ایجوکیشن کے پنجابی زبان کے بارے میں کیا خیال ہے उन्होंने कहा यार कि क्या पंजाबी जबान। बोली है ये है है बोली है तो, तो सिर्फ सिंधी है अच्छा, हाँ। अच्छा। कि नहाय गलत और नलायकाना मतलब कि किस्म का जवाब वफाकी वजीर नयान ही नहीं जेब नहीं देता हाँ। हाँ। मैं एक नजम लिखी वो छपी खबरें अखबार पेज अपने मुंह न डका लाओ शाह ਹਾਏ 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 ਕੁਰਸੀ ਦਾ ਮਸ਼ਾ ਆਪਨੇ ਮੂਨੂ ਡੱਕਾ ਲਾਓ ਸੀਦੇ ਸਾ ਤੇ ਇਰਸਾ ਨਹੀਂ ਰਹਿਣਾ ਮੰਜਾ ਚੌਧਰ ਦਾ ਰਜਮੀ ਲੱਭੀ ਚੱਕੇ ਖਾਓ ਸੀਦੇ ਸਾ ਤੇ ਮੇਰਾ ਵਿਰਸਾ ਚੱਲਿਆ ਵੰਗ ਸਮੁੰਦਰ ਦੇ ਆਪਣੇ ਵੇੜੇ ਚਾਤੀ ਪਾਓ ਸੀਦੇ ਸਾ ਮੇਰਾ ਵਿਰਸਾ ਚੱਲਿਆ ਵੰਗ ਸਮੁੰਦਰ ਦੇ ਆਪਣੇ ਵੇੜੇ ਚਾਤੀ ਪਾਓ ਸੀਦੇ ਸਾ ਤੇ ਆਪਣੇ ਵੇੜੇ ਲੂਸੇ ਤੇਰਾ ਜੁੱਸਾ ਤੇਰੀ ਜੀਪ ਸੜੇ ਹੋਵੇ ਤੇਰਾ ਮੁੱਕ ਮੁਕਾਓ ਸੀਦੇ ਸਾ